ਦਰਸ਼ਕੋ, ਇੰਡੀਆ ਵੈੱਬ ਟੀਵੀ ਤੇ ਤੁਹਾਡਾ ਸਵਾਗਤ ਹੈ। ਜਲੰਧਰ ਪਠਾਨਕੋਟ ਰੇਲਵੇ ਟਰੈਕ ਪਰ ਮੁਕੇਰੀਆਂ ਕੇ ਰੇਲਵੇ ਸਟੇਸ਼ਨ ਪਰ ਆਜ ਸੁਬਹ ਟ੍ਰੇਨ ਕੀ ਚਪੇਟ ਮੇਂ ਆ ਜਾਣੇ ਸੇ ਏਕ ਮਹਿਲਾ ਗੰਭੀਰ ਘਾਇਲ ਹੋ ਗਈ, ਜਿਸੇ ਇਲਾਜ ਕੇ ਲਿਏ ਮੁਕੇਰੀਆਂ ਸਿਵਲ ਹਸਪਤਾਲ ਮੇਂ ਭਰਤੀ ਕਰਵਾਇਆ ਗਿਆ। ਮਹਿਲਾ ਕੀ ਹਾਲਤ ਨਾਜੁਕ ਹੋਣੇ ਕੇ ਚਲਤੇ ਜਲੰਧਰ ਰੈਫਰ ਕੀਆ ਗਿਆ। ਇਸ ਸੰਬੰਧ ਮੇਂ ਜਾਣਕਾਰੀ ਦੇਤੇ ਹੋਏ ਪੁਲਿਸ ਕੇ ਚੌਂਕੀ ਇੰਚਾਰਜ ASI ਸਰਬਜੀਤ ਸਿੰਘ ਨੇ ਬਤਾਇਆ ਕਿ ਆਜ ਸੁਬਹ ਮੈਮੂ ਮਿਲਾ ਥਾ ਕਿ ਰਜਨੀ ਪਤਨੀ ਸੰਜੇ ਨਜ਼ਦੀਕ ਰੇਲਵੇ ਸਟੇਸ਼ਨ ਜਲੰਧਰ ਟ੍ਰੇਨ ਕੀ ਚਪੇਟ ਮੇਂ ਆ ਜਾਣੇ ਸੇ ਗੰਭੀਰ ਘਾਇਲ ਹੋ ਗਈ ਹੈ। ਮੌਕੇ ਪਰ ਪਹੁੰਚ ਗੰਭੀਰ ਹਾਲਤ ਮੇਂ ਮਹਿਲਾ ਕੋ ਮੁਕੇਰੀਆਂ ਕੇ ਸਿਵਲ ਹਸਪਤਾਲ ਮੇਂ ਭਰਤੀ ਕਰਵਾਇਆ ਗਿਆ। ਹਾਲਤ ਨਾਜੁਕ ਹੋਣੇ ਕੇ ਚਲਤੇ ਡਾਕਟਰ ਨੇ ਜਲੰਧਰ ਰੈਫਰ ਕਰ ਦਿਆ ਗਿਆ। ਉਨ੍ਹਾਂ ਬਤਾਇਆ ਕਿ ਰਜਨੀ ਅਨਯ ਮਹਿਲਾਓ ਕੇ ਸਾਥ ਟ੍ਰੇਨ ਮੇਂ ਕੱਪੜੇ ਵੇਚਣੇ ਕਾ ਕਾਮ ਕਰਤੀ ਥੀ। ਆਜ ਸੁਬਹ ਜਬ ਵਹ ਮੁਕੇਰੀਆਂ ਰੇਲਵੇ ਸਟੇਸ਼ਨ ਪਰ ਉਤਰਨੇ ਲਗੀ ਤੋ ਟ੍ਰੇਨ ਕੀ ਚਪੇਟ ਮੇਂ ਆ ਗਈ। ਵਹੀਂ ਪੁਲਿਸ ਨੇ ਬਤਾਇਆ ਕਿ ਪਰਿਵਾਰਕ ਮੈਂਬਰੋਂ ਕੇ ਬਿਆਨੋ ਕੇ ਆਧਾਰ ਪਰ ਬਣਤੀ ਕਾਰਵਾਈ ਕੀ ਜਾਏਗੀ। ਇੰਡੀਆ ਵੈੱਬ ਟੀਵੀ ਕੇ ਲਈ ਪ੍ਰੇਮ ਕੁਮਾਰ ਮੁਕੇਰੀਆਂ। ਸਰ, ਅੱਜ ਔਨ ਡਿਊਟੀ ਰੇਲਵੇ ਸਟੇਸ਼ਨ ਮਾਸਟਰ ਮੁਕੇਰੀਆਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਕਿ ਟ੍ਰੇਨ ਨੰਬਰ 1107 ਅਪ ਵਿੱਚੋਂ ਪਲੇਟਫਾਰਮ ਨੰਬਰ 2 ਪਰ ਇੱਕ ਲੇਡੀਜ਼ ਚੱਲਦੀ ਟ੍ਰੇਨ ਵਿੱਚੋਂ ਉਤਰਦੇ ਸਮੇਂ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਸਖ਼ਤ ਜ਼ਖਮੀ ਹੋ ਗਈ ਸੀ, ਜਿਸ ਨੂੰ ਇਲਾਜ ਲਈ 108 ਐਂਬੂਲੈਂਸ ਦੁਆਰਾ ਸਿਵਲ ਹੋਸਪਿਟਲ ਮੁਕੇਰੀਆਂ ਦਾਖਲ ਕਰਾਇਆ ਗਿਆ। ਇਹਨੂੰ ਇਲਾਜ ਲਈ CH ਮੁਕੇਰੀਆਂ ਦਾਖਲ ਕਰਵਾਇਆ ਸੀ, ਜਿੱਥੋਂ ਉਹਨਾਂ ਨੂੰ ਜਲੰਧਰ ਜ਼ਿਆਦਾ ਸੀਰੀਅਸ ਹੋਣ ਕਰਕੇ ਰੈਫਰ ਡਾਕਟਰਾਂ ਨੇ ਕੀਤਾ ਸੀ। ਬਾਕੀ ਉਹਨਾਂ ਦੀ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਹੁੰਦੀ ਹੈ।